ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਪੀਏਸੀ ਪਬਲਿਕ ਕਮੇਟੀ ਜਿਹੜੀ ਸਾਡੀ ਉਹ ਸਾਰੇ ਮੀਡੀਆ ਦਾ ਧੰਨਵਾਦ ਕਰਦੀ ਹੈ ਤੁਹਾਡੇ ਸਾਥ ਤੁਹਾਡੇ ਜ਼ੋਰ ਨਾਲ ਹੀ ਜਿਹੜਾ ਅਸੀਂ ਕੱਲ ਸਾਡੇ ਉੱਥੇ ਇਕੱਠ ਹੋਇਆ ਸੀ ਮੱਤੇਵਾੜਾ ਪੂਰਾ ਪੰਜਾਬ ਇਕੱਠਾ ਹੋਇਆ ਸੀ ਉਹ ਤੁਹਾਡੇ ਕਰਕੇ ਹੀ ਹੋਇਆ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਪਬਲਿਕ ਐਕਸ਼ਨ ਕਮੇਟੀ ਧੰਨਵਾਦ ਕਰਦੀ ਹੈ ਪੂਰੇ ਪੰਜਾਬ ਦਾ ਪੂਰੇ ਜਥੇਬੰਦੀਆਂ ਦਾ ਤੇ ਪੂਰੇ ਵਾਤਾਵਰਨ ਪ੍ਰੇਮੀਆਂ ਦਾ ਕਿ ਜਿਨ੍ਹਾਂ ਨੇ ਉੱਥੇ ਆ ਕੇ ਆਪਣਾ ਵਾਤਾਵਰਨ ਦੇ ਪੱਖੀ ਜਿਹੜੀ ਆਵਾਜ਼ ਉਠਾਈ ਜਿਹੜੀ ਪੰਜਾਬ ਸਰਕਾਰ ਦੀ ਕੰਨ ਤੱਕ ਪਹੁੰਚੀ ਹੈ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਬੁਲਾਇਆ ਗਿਆ ਇੱਥੇ ਅੱਜ ਕੀ ਗੱਲ ਹੋਈ ਅੱਜ ਜੋ ਸਾਡੀ ਉੱਥੇ ਗੱਲਬਾਤ ਹੋਈ ਹੈ ਅੰਦਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਡੀ ਗੱਲ ਪੂਰੀ ਸੁਣੀ ਅਸੀਂ ਇਹਨਾਂ ਨਾਲ ਪੂਰੀ ਜਿਹੜੀ ਈਕੋ ਸੈਂਸਿਟਿਵ ਜ਼ੋਨ ਮੱਤੇਵਾੜਾ ਦੇ ਜੰਗਲਾਂ ਤੇ ਪੂਰੇ ਪੰਜਾਬ ਦੇ ਫਲੱਡ ਪਲੇਨਸ ਜਿਹੜੀ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਕਿ ਇਹ ਸਾਰੇ ਦੇ ਸਾਰੇ ਜਿਹੜੇ ਹੈ ਪੰਜਾਬ ਦੀ ਧਰੋਹਰ ਨੇ ਇਹਨਾਂ ਨੂੰ ਬਚਾਇਆ ਜਾਏ ਤੇ ਜੰਗਲਾਂ ਨੂੰ ਵਧਾਇਆ ਜਾਏ ਸਾਡੀ ਗੱਲਬਾਤ ਸੁਣਨ ਤੋਂ ਬਾਅਦ ਭਗਵੰਤ ਮਾਨ ਜੀ ਨੇ ਕਿਹਾ ਕਿ ਉਹਨਾਂ ਦੇ ਲਈ ਵੀ ਇਹ ਮੁੱਦਾ ਸਭ ਤੋਂ ਦਿਲ ਦੇ ਕਰੀਬ ਹੈ ਤੇ ਉਹ ਇਹਦੇ ਲਈ ਆਵਾਜ਼ ਚੱਕਦੇ ਆਏ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਦੇ ਨਾਲ ਕੋਈ ਵੀ ਇੰਡਸਟਰੀਅਲ ਪਾਰਕ ਨਹੀਂ ਲੱਗੇਗਾ ਤੇ ਨਾ ਹੀ ਪੂਰੇ ਪੰਜਾਬ ਦੇ ਕਿਸੇ ਸਰੋਤ ਪਾਣੀ ਪੀਣ ਦੇ ਸਰੋਤ ਨੈਚੁਰਲ ਜਿਹੜੇ ਕੁਦਰਤ ਦੇ ਸਰੋਤ ਨੇ ਉਹਨਾਂ ਦੇ ਨਾਲ ਕੋਈ ਵੀ ਇੰਡਸਟਰੀਅਲ ਪਾਰਕ ਲੱਗੇਗਾ ਸਰ ਕੋਈ ਲਿਖਤੀ ਤੌਰ ਤੇ ਭਰੋਸਾ ਦਿੱਤਾ ਗਿਆ ਜਾਂ ਫਿਰ ਗੱਲਬਾਤ ਦੇ ਜ਼ਰੀਏ ਹੀ ਤੁਹਾਨੂੰ ਕਿਹਾ ਗਿਆ ਜੀ ਦੇਖੋ ਜੀ ਮੁੱਖ ਮੰਤਰੀ ਜੀ ਨੇ ਗੱਲ ਕੀਤੀ ਹੈ ਇੱਥੇ ਉਹਨਾਂ ਦੇ ਜੂਨੀਅਰ ਨੇ ਨਹੀਂ ਗੱਲ ਕੀਤੀ ਇਹ ਮੁੱਖ ਮੰਤਰੀ ਜੀ ਵੱਲੋਂ ਸਾਨੂੰ ਗੱਲ ਹੋਈ ਹੈ ਤੇ ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਨਹੀਂ ਲੱਗੇਗਾ ਅਕਵਾਇਰ ਜੋ ਕੀਤੀਆਂ ਜ਼ਮੀਨਾਂ ਉਹਦਾ ਕੀ ਹੋਏਗਾ ਕਿਉਂਕਿ ਬਹੁਤ ਸਾਰੀ ਜ਼ਮੀਨ ਅਕਵਾਇਰ ਵੀ ਕਰ ਲਿੱਤੀ ਗਈ ਹੈ 250 ਏਕੜ ਦੇ ਕਰੀਬ ਜਿਹੜੀ ਜ਼ਮੀਨ ਅਕਵਾਇਰ ਹੋਈ ਹੈ ਇਧਰ ਅੱਗੇ ਭਾਜੀ ਅੱਗੇ ਵਿਚਾਰੇ ਆਏ ਸੈਂਟਰ ਆਇਓ ਉਹਦੇ 'ਚੋਂ 550 ਏਕੜ ਸਟੇਟ ਗਵਰਨਮੈਂਟ ਦੀ ਆਪਣੀ ਜ਼ਮੀਨ ਹੈ ਥੱਲੇ ਕਰ ਗਈ ਹੱਥ ਥੱਲੇ ਭਾਈ 550 ਏਕੜ ਦੇ ਕਰੀਬ ਜ਼ਮੀਨ ਸਰਕਾਰ ਦੀ ਆਪਣੀ ਹੈ ਉਹ ਸਰਕਾਰ ਦੇ ਅਲੱਗ-ਅਲੱਗ ਡਿਪਾਰਟਮੈਂਟਾਂ ਦੀ ਹੈ ਉਹ ਵਾਪਸ ਉਹਨਾਂ ਕੋਲ ਚਲੇ ਜਾਏਗੀ ਤੇ ਜਿਹੜੇ ਉਸ ਪਿੰਡ ਦੀ ਜ਼ਮੀਨ ਹੈ ਉਹਦਾ ਫੈਸਲਾ ਇਹ ਕੀਤਾ ਗਿਆ ਕਿ ਉਹ ਰਿਵਿਊ ਤੋਂ ਬਾਅਦ ਪਿੰਡ ਵਾਲਿਆਂ ਨੂੰ ਵਾਪਸ ਕਰ ਦਿੱਤੀ ਜਾਏਗੀ ਤੇ ਗ੍ਰਾਮ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੀਸਟੋਰ ਕਰ ਦਿੱਤੀ ਜਾਏਗੀ ਤੇ ਜਿਹੜਾ 550 ਏਕੜ ਸਰਕਾਰੀ ਜ਼ਮੀਨ ਹੈ ਉਹਦੇ ਵਿੱਚ ਮੱਤੇਵਾੜਾ ਜੰਗਲ ਦੇ ਨਾਲ ਹੀ ਇੱਕ ਬਾਇਓਡਾਇਵਰਸਿਟੀ ਪਾਰਕ ਬਣਾਇਆ ਜਾਏਗਾ ਤੇ ਉਸ ਇਲਾਕੇ ਨੂੰ ਇੱਕ ਟੂਰਿਜ਼ਮ ਹੱਬ ਕ੍ਰੀਏਟ ਕੀਤੀ ਜਾਏਗੀ ਸੋ ਮੁੱਖ ਮੰਤਰੀ ਨੇ ਮੱਤੇਵਾੜਾ ਜਿਹੜਾ ਇੰਡਸਟਰੀਅਲ ਪਾਰਕ ਹੈ ਉਹ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਔਰ ਰਿਜੈਕਟ ਕਰ ਦਿੱਤਾ ਕਿ ਇੱਥੇ ਨਹੀਂ ਲੱਗੇਗਾ ਸਰਕਾਰ ਨੇ ਕਿਹਾ ਕਿ ਇਹ ਜਿਹੜਾ ਪਾਰਕ ਹੈ ਇਹ ਕਿਸੇ ਹੋਰ ਜਗ੍ਹਾ ਲਗਾਇਆ ਜਾਏਗਾ ਜਿਸ ਲਈ ਪੰਜਾਬ ਸਰਕਾਰ ਥਾਂ ਲੱਭੇਗੀ ਜਿੱਥੇ ਕਿ ਜਿਹੜਾ ਵਾਤਾਵਰਨ ਹੈ ਪ੍ਰਦੂਸ਼ਿਤ ਨਾ ਹੋਵੇ ਖਰਾਬ ਨਾ ਹੋਵੇ ਤੋ ਇਹ ਪਾਰਕ ਜਿਹੜਾ ਕਿਸੇ ਹੋਰ ਡਿਸਟ੍ਰਿਕਟ ਵਿੱਚ ਬੈਕਵਰਡ ਡਿਸਟ੍ਰਿਕਟ ਵਿੱਚ ਰੀਲੋਕੇਟ ਕੀਤਾ ਜਾਏਗਾ ਤੇ ਮੱਤੇਵਾੜਾ ਦਾ ਜਿਹੜਾ ਫੋਰੈਸਟ ਹੈ ਉਹਦੇ ਨਾਲ ਦਾ ਲੱਗਦਾ ਇਲਾਕਾ ਆ ਉਹ ਉਸੇ ਤਰ੍ਹਾਂ ਰਹੇਗਾ ਜਿੱਦਾਂ ਪਹਿਲਾਂ ਸੀ ਤੇ ਬਲਕਿ ਉਹਨੂੰ ਡਿਵੈਲਪ ਕਰਨ ਲਈ ਸਰਕਾਰ ਹੋਰ ਪੈਸਾ ਖਰਚੇਗੀ ਤੇ ਉਹਨੂੰ ਬਾਇਓਡਾਇਵਰਸਿਟੀ ਪਾਰਕ ਔਰ ਨੇਚਰ ਇਕੋਲੋਜੀਕਲ ਟੂਰਿਜ਼ਮ ਮੀਟਿੰਗ ਤੋਂ ਬਾਅਦ ਜੋ ਵੀ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਕਿਉਂਕਿ ਸਾਨੂੰ ਪੂਰਾ ਯਕੀਨ ਦਵਾਇਆ ਗਿਆ ਔਰ ਲਿਖਤੀ ਵੀ ਅੱਜ ਬਿਆਨ ਸੀਐਮ ਆਫਿਸ ਤੋਂ ਜਾਰੀ ਹੋ ਜਾਏਗਾ ਪ੍ਰੈਸ ਨੋਟ ਜਲਦੀ ਰਿਲੀਜ਼ ਹੋ ਜਾਏਗਾ ਤੇ ਬੜੀ ਖੁਸ਼ਗਵਾਰ ਮੀਟਿੰਗ ਹੋਈ ਹੈ ਤੋ ਅਸੀਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਤੇ ਵਾਤਾਵਰਨ ਪ੍ਰੇਮੀਆਂ ਦੀ ਆਵਾਜ਼ ਸੁਣਨ ਨੂੰ ਸੁਣਦੇ ਹੋਏ ਤੇ ਲੁਧਿਆਣੇ ਨੂੰ ਬਚਾਉਣ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਸਾਡਾ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆ ਹੁੰਦਾ ਸੀ ਉਹ ਪਹਿਲਾਂ ਹੀ ਪ੍ਰਦੂਸ਼ਿਤ ਹੋ ਚੁੱਕਾ ਹੈ ਉਹਨੂੰ ਸਾਫ਼ ਕਰਨ ਦਾ ਵੀ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਵੀ ਸਾਫ਼ ਕੀਤਾ ਜਾਏਗਾ ਤੇ ਹੋਰ ਜਿਹੜੇ ਇਸ ਪਾਰਕ ਨੂੰ ਐਜ਼ ਇਟ ਇਜ਼ ਰੱਖਿਆ ਜਾਏਗਾ ਜਿਵੇਂ ਪਹਿਲਾਂ ਸੀ ਇੱਕ ਗੱਲ ਜਿਹੜੀ ਜਿਹੜਾ ਐਕਵਾਇਰ ਜਗ੍ਹਾ ਕਰ ਲਈ ਸੀ ਕਈਆਂ ਨੂੰ ਮੁਆਵਜ਼ੇ ਦੀ ਰਕਮ ਵੀ ਜਿਹੜੀ ਮਿਲ ਚੁੱਕੀ ਹੋਈ ਸੀ ਉਹਨਾਂ ਦਾ ਕੀ ਕੀਤਾ ਜਾਊਗਾ ਉਹਦੇ ਬਾਰੇ ਜਿਹੜੇ ਚੀਫ ਸੈਕਟਰੀ ਸਾਹਿਬ ਨੇ ਕਿਹਾ ਕਿ ਉਹਨੂੰ ਰਿਵਿਊ ਕਰਕੇ ਜਿਸ ਤਰ੍ਹਾਂ ਵੀ ਉਹਦਾ ਹੱਲ ਨਿਕਲੇਗਾ ਉਹ ਕੱਢਿਆ ਜਾਏਗਾ ਤੇ ਪਿੰਡ ਵਾਲਿਆਂ ਨਾਲ ਗੱਲ ਕਰਕੇ ਉਸ ਨੂੰ ਰਿਵਿਊ ਕੀਤਾ ਜਾਏਗਾ।